ਮਤਲਬ ਨਹੀਂ ਕਰਾਂ ਤੋਂ ਬਾਅਦ ਇਕਨੋਮਿਕਸ ਖੁਸ਼ਕ ਮਜ਼ਮੂਨ ਹੈ ਮੇਰੀ ਕੋਸ਼ਿਸ਼ ਹੋ ਸੀ ਅਧਿਕ ਸਦੀਕੀ ਸਾਹਿਬ ਕਿ ਮੈਂ ਇਸ ਕਾਫੀ ਦੇ ਬਾਰੇ ਦਾ ਮੋੜ ਕੇ ਬਿਆਨ ਕਰਾਂ ਇਨਕੋ ਜਿਹੜਾ ਹੈ ਇਨਕੋ ਬੋਰਡ ਹੈ ਇਸ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਸ ਇਲਾਕੇ ਵਿੱਚ ਵੀ ਜ਼ਿਲ੍ਹੇ ਉਸ ਇਲਾਕੇ ਦੀ ਸਕਾਫਤ ਤਹਿਜ਼ੀਬ ਦੀ ਗੱਲਬਾਤ ਹੋਵੇ ਜਦੋਂ ਅਸੀਂ ਹਰ ਵਿੱਚ ਆਪਣੇ ਪ੍ਰੋਗਰਾਮ ਕਰਦੇ ਹਾਂ ਸਰਾਇਕੀ ਇਲਾਕੇ ਦੇ ਪਿਸ਼ਾਵਰ ਵਿੱਚ ਜਾਂ ਹੁਣ ਇਹਨਾਂ ਦਾ ਪ੍ਰੋਗਰਾਮ ਹੈ ਸਵਾਦ ਦੇ ਜੁਲਨੇ ਦਾ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਇਲਾਕੇ ਦੀ ਸਕਾਫਤ ਦਾ ਉਜਾਗਰ ਕੀਤਾ ਜਾਵੇ ਤੇ ਨਿਊਜ਼ ਦੇ ਸਿਲਸਿਲੇ ਦੀ ਕੜੀ ਸਾਡੇ ਅਧਾਰਾ ਇਲਾਕੇ ਸਾਡੇ ਜਿਹੜੇ ਜ਼ਿਲ੍ਹੇ ਇਹਨਾਂ ਦਾ ਰਕਬਾ ਤਕਰੀਬਨ 18,000 ਕਿਲੋਮੀਟਰ ਹੈ ਔਰ ਇਸ ਦੇ ਅੰਦਰ ਤਕਰੀਬਨ 2 ਕਰੋੜ ਪਾਕਿਸਤਾਨੀ ਵਸਦੇ ਨੇ ਔਰ ਅਸਾਂ ਫਖਰ ਹੈ ਕਿ ਅਸੀਂ ਪਾਕਿਸਤਾਨੀ ਹਾਂ ਵਤਨ ਪ੍ਰਸਤ ਹਾਂ ਔਰ ਫੈਡਰੇਸ਼ਨ ਦੇ ਅਸੀਂ ਹਾਮੀ ਹਾਂ ਔਰ ਹਮੇਸ਼ਾ ਫੈਡਰੇਸ਼ਨ ਦੀ ਜਿਹੜੀ ਜਮਾਤ ਰਹੀ ਹੈ ਉਸ ਦੀ ਜਮਾਤ ਦੇ ਲੋਕਾਂ ਦਾ ਨੁਮਾਇੰਦਾ ਵਾਂ ਇਸ ਇਹਨਾਂ ਇਲਾਕੇ ਦੇ ਲੋਕਾਂ ਨੂੰ ਗਠਨ ਕੀਤਾ ਹੈ ਸਾਡੇ ਇਸ ਬੜੀ ਫਖਰ ਦੀ ਗੱਲ ਹੈ ਕਿ ਅਸੀਂ ਵਤਨ ਪ੍ਰਸਤ ਹਾਂ ਔਰ ਫੈਡਰੇਸ਼ਨ ਨਾਲ ਹਮੇਸ਼ਾ ਅਸੀਂ ਜੁੜੇ ਰਹੇ ਇਹ ਚੀਜ਼ ਇਹ ਵੀ ਸਾਬਤ ਕਰਦੀ ਹੈ ਕਿ ਇੱਥੇ ਕੋਈ ਵੀ ਕਿਸੇ ਕਿਸਮ ਦਾ ਤਾਸੁਬ ਲਿਸਾਨੀ ਗਰੋਹੀ ਮਜ਼ਹਬੀ ਇਸ ਕਿਸਮ ਦਾ ਤਾਸੁਬ ਨਹੀਂ ਪਾਇਆ ਜਾਂਦਾ ਔਰ ਇਹ ਸਾਡੀ ਸਕਾਫਤ ਦਾ ਇੱਕ ਬਹੁਤ ਬੜਾ ਪਹਿਲੂ ਹੈ ਔਰ ਇਹ ਚੀਜ਼ ਅਸਾਂ ਆਪਣੇ ਵਿਰਸੇ ਵਿੱਚ ਆਪਣੇ ਆਬਾਓ ਅਜਦਾਦ ਕੋਲ ਮਿਲੀ ਇਕਨੋਮਿਕਸ ਦੇ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਮੈਂ 2-3 ਚੀਜ਼ਾਂ ਇਸ ਮੌਕੇ ਤੇ ਬਿਆਨ ਕਰਸਾਂ ਇੱਕ ਇੱਕ ਗੱਲ ਅਡਮ ਦਾ ਮੈਂ ਜ਼ਿਕਰ ਕਰਸਾਂ 5000 ਕਿਲੋਵਾਟ ਬਿਜਲੀ ਇਸ ਵਕਤ ਮੁਲਕ ਵਿੱਚ ਪੈਦਾ ਹੋ ਰਹੀ ਹੈ ਇਸ ਡੈਮ ਤੋਂ ਔਰ ਸਾਡੇ ਬਜ਼ੁਰਗਾਂ ਨੇ ਇਸਾਂ ਬਣਾਉਣ ਵਿੱਚ ਬਹੁਤ ਬੜੀ ਕੁਰਬਾਨੀ ਦਿੱਤੀ ਹੈ ਔਰ ਤੁਸੀਂ ਅੰਦਾਜ਼ਾ ਲਾਓ ਕਿ ਅੱਜ ਪੂਰੀ ਦੁਨੀਆ ਲੱਗੀ ਦੀ ਹੈ ਪੂਰਾ ਪਾਕਿਸਤਾਨ ਲੱਗੇ ਦਾ ਹੈ ਫੰਡ ਵੀ ਮਿਲੇ ਦਾ ਹੈ ਮਗਰ ਕਾਰੋਬਾਰ ਤਾਂ ਨਹੀਂ ਬਣਦਾ ਪਿਆ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਸਾਡੇ ਬਜ਼ੁਰਗਾਂ ਨੇ ਕਿੰਨੀ ਬੜੀ ਕੁਰਬਾਨੀ ਦਿੱਤੀ ਹੈ ਆਪਣੇ ਗ੍ਰਾਮਾਂ ਦੀ ਕੁਰਬਾਨੀ ਦਿੱਤੀ ਆਪਣੀ ਸਕਾਫਤੀ ਨਿਸ਼ਾਨੀਆਂ ਦੀ ਕੁਰਬਾਨੀਆਂ ਦਿੱਤੀ ਉਹ ਕਿਹੜੀ ਤੁਸਾਂ ਅਗਰ ਹੈ ਮਿਲੇ ਕਿ ਆਪਣਾ ਗ੍ਰਾਮ ਛੋੜ ਦੋ ਜਾਂ ਆਪਣਾ ਸ਼ਹਿਰ ਛੋੜ ਦੋ ਇਹ ਬਹੁਤ ਹੀ ਮੁਸ਼ਕਲ ਕੰਮ ਹੁੰਦੀ ਹੈ ਔਰ ਦੁਨੀਆ ਦੀਆਂ ਵੱਡੀਆਂ ਸਜ਼ਾਵਾਂ ਵਿੱਚੋਂ ਇੱਕ ਸਜ਼ਾ ਆਪਣੇ ਮੁਲਕਾਂ ਆਪਣੇ ਵਤਨਾਂ ਛੋੜ ਦੇਣਾ ਹੈ ਔਰ ਇਹ ਅਸਾਂ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਜਿਨ੍ਹਾਂ ਨੇ ਆਪਣਾ ਗ੍ਰਾਮ ਛੋੜ ਕੇ ਦੂਸਰੀ ਜਗ੍ਹਾ ਚਲੇ ਗਏ ਸਾਡੇ ਲੋਕਾਂ ਨੇ ਵੀ ਆਪਣੇ ਵਤਨ ਦੀ ਆਪਣੇ ਗ੍ਰਾਮਾਂ ਦੀ ਕੁਰਬਾਨੀ ਦਿੱਤੀ ਹੈ ਪਾਕਿਸਤਾਨ ਵਾਸਤੇ ਔਰ ਆਪਣੇ ਮੁਲਕ ਵਾਸਤੇ ਹੁਣ ਸਾਈ ਧਰਤੀ ਦੇ 2 ਡੈਮ ਬਹੁਤ ਪੇ ਬਣਦੇ ਹਨ ਬਾਸ਼ਾ ਡੈਮ ਔਰ ਇੱਕ ਹੋਰ ਡੈਮ ਪੇ ਬਣਦਾ ਹੈ ਔਰ ਇਹ ਦੇਖੋ ਫਿਰ ਅਸਾਂ ਦੇ ਲੋਕ ਜਿਹੜੇ ਹੈ ਆਪਣੇ ਮੁਸਤਕਬਲ ਵਾਸਤੇ ਆਪਣੇ ਵਤਨ ਆਪਣੀ ਕੌਮ ਦੇ ਮੁਸਤਕਬਲ ਵਾਸਤੇ ਮਜ਼ੀਦ ਕੁਰਬਾਨੀ ਦਿੱਤੇ ਨੇ ਪਿਛਲੇ 60 ਸਾਲ ਮੁਖਤਲਿਫ ਮਾਸ ਤੇ ਸਾਡੇ ਬੜੇ ਮਸਾਇਲ ਰਹੇ ਲੇਕਿਨ ਹੁਣ ਅਸੀਂ ਦੇਖਦੇ ਹਾਂ ਕਿ ਆਇਸਾ ਸਰ ਤਬਦੀਲੀ ਆਉਂਦੀ ਹੈ 60 ਸਾਲ ਅਸੀਂ ਤਕਰੀਬਨ ਯੂਨੀਵਰਸਿਟੀ ਤੋਂ ਮਹਿਰੂਮ ਰਹੇ ਅਲਹਮਦੁਲਿਲਾ ਪਿਛਲੇ 4 ਸਾਲਾਂ ਵਿੱਚ ਪਹਿਲੇ ਹਜ਼ਾਰ ਯੂਨੀਵਰਸਿਟੀ ਬਣੀ ਤੇ ਫਿਰ ਹਰੀਪੁਰ ਯੂਨੀਵਰਸਿਟੀ ਔਰ ਹਵੇਲੀ ਯੂਨੀਵਰਸਿਟੀ ਵੀ ਕਾਇਮ ਹੋ ਗਈ ਹੈ ਇਹ ਚੀਜ਼ ਦੱਸਦੀ ਹੈ ਵੀ ਕਿ ਸਾਡੇ ਸਬਰ ਅਸਾਂ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਵਤਨ ਵਾਸਤੇ ਅਸਾਂ ਜਿਹੜਾ ਸਬਰ ਕੀਤਾ ਅਸਾਂ ਜਿਹੜੀ ਇਕਰਾਰ ਕੀਤੀ ਉਸ ਦਾ ਸਿਲਸਿਲਾ ਅਸਾਂ ਦੇ ਰਹੇ ਔਰ ਪਿਛਲੇ 5-10 ਸਾਲਾਂ ਵਿੱਚ ਅਧੀਸ਼ ਦੀ ਸਾਹਿਬ 3 ਯੂਨੀਵਰਸਿਟੀਆਂ ਔਰ ਹਰੀਪੁਰ ਵਿੱਚ ਖਸੂਸਨ ਬੇਸ਼ੁਮਾਰ ਕਾਲਜਿਸ ਸਾਡੇ ਕਾਲਜ ਅਸਿਸ ਸਾਹਿਬ ਦੀ ਬੜੀ ਕੰਟ੍ਰਿਬਿਊਸ਼ਨ ਕਰ ਸਾਡੇ ਮਹਿਮਾਨ ਖਸੂਸੀ ਹੈ ਆਇਸਾ ਇਸ ਤਬਦੀਲੀ ਆ ਗਈ ਕਿ ਤਾਲੀਮ ਦੇ ਸੈਕਟਰ ਵਿੱਚ ਇੱਕ ਤਬਦੀਲੀ ਆ ਗਈ ਤੇ ਸਾਡੇ ਇਲਾਕੇ ਦੇ ਅੰਦਰ ਸਾਇੰਸਦਾਨ ਵੀ ਪੈਦਾ ਹੋ ਸਨ ਸੋਸ਼ਲ ਸਾਇੰਸਸ ਦੇ ਲੋਕ ਵੀ ਪੈਦਾ ਹੋ ਸਨ ਔਰ ਸਾਡਾ ਖਤਾ ਇਨਸ਼ਾਅੱਲਾ ਬਹੁਤ ਜਲਦ ਤਰੱਕੀ ਕਰਸੀ ਸੜਕਾਂ ਦੀ ਗੱਲ ਕਰਸਾਂ ਐਕਸਪ੍ਰੈਸ ਵੇ 30 ਕਰੋੜ ਡਾਲਰ ਦਾ ਮਨਸੂਬਾ ਹੈ ਔਰ ਸੜਕ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਪਤਾ ਹੈ ਕਿ ਜਿਹੜਾ ਸਾਡਾ ਰੋਡ ਹੈ ਬਹੁਤ ਪੁਰਾਣੇ ਜ਼ਮਾਨੇ ਦਾ ਸਿੰਗਲ ਰੋਡ ਬਣਿਆ ਹੈ ਇਸ ਉੱਤੇ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੁੰਦੇ ਤੇ ਹੁਣ ਗਵਰਨਮੈਂਟ ਇਸ ਉੱਤੇ ਬੜੀ ਤੇਜ਼ੀ ਨਾਲ ਕੰਮ ਕਰਦੀ ਵੀ ਜਿਸ ਦਾ ਕੰਮ ਲੱਗੇ ਹੈ ਉਸਾਂ ਨੇ ਜਿਹੜੇ ਲੋਕਾਂ ਦਾ ਬਾਤ ਦਵਾਇਆ ਬੈਠ ਬਣੀ ਨਜ਼ਦੀਕ ਦੇਖਿਆ ਉਸੀ ਔਰ ਪੁਲਿਸ ਬਣਨੇ ਪੇ ਵੱਲਾ ਕਰਸੀ ਇਸ ਸੜਕ ਵੀ ਬਹੁਤ ਜ਼ਿਆਦਾ ਤਗੜੀ ਹੋਈ ਸੀ ਇਸੇ ਤਰ੍ਹਾਂ ਸ਼ਾਰਾ ਰੇਸ਼ਮ ਜਿਹੜੀ ਹੈ ਉਸ ਦੀ ਐਕਸਟੈਂਸ਼ਨ ਦਾ ਕੰਮ ਵੀ ਹੁੰਦਾ ਪਿਆ ਔਰ ਸਾਡੇ ਮੁਲਕ ਵਿੱਚ ਹਰ ਸਾਲ ਤਕਰੀਬਨ 2-3 ਬਿਲੀਅਨ ਡਾਲਰ ਇਨਵੈਸਟਮੈਂਟ ਬਾਹਰੋਂ ਆਉਂਦੀ ਹੈ ਔਰ ਅੱਲਾ ਦੀ ਸ਼ਾਨ ਦੇਖੋ ਕਿ ਇਸ ਦਫ਼ਾ ਚਾਈਨਾ ਦੀ ਹਕੂਮਤ ਨਾਲ ਮਿਲ ਕੇ 46 ਬਿਲੀਅਨ ਡਾਲਰ ਕਿੱਥੇ 2 ਬਿਲੀਅਨ ਡਾਲਰ ਕਿੱਥੇ 46 ਬਿਲੀਅਨ ਡਾਲਰ ਇੱਥੇ ਇਨਵੈਸਟਮੈਂਟ ਹੁੰਦੀ ਹੈ ਔਰ ਇਹ ਸੜਕ ਜਿਹੜੀ ਹੈ ਤਕਰੀਬਨ 1300 ਕਿਲੋਮੀਟਰ ਹਜ਼ਾਰੇ ਦੀ ਸਰਜ਼ਮੀਨ ਤੋਂ ਗੁਜ਼ਰ ਸੀ ਔਰ ਇਸ ਸੜਕ ਨਾਲ ਰੇਲਵੇ ਸਟੇਸ਼ਨ ਤੇ ਐਕਸਟੈਂਸ਼ਨ ਦਾ ਕੰਮ ਵੀ ਉਸੀ ਡਰਾਈ ਕੋਰ ਵੀ ਬਣ ਰਹੀ ਹੈ ਔਰ ਇਸ ਤੋਂ ਇਲਾਵਾ ਏਅਰਪੋਰਟ ਵੀ ਬਣ ਰਿਹਾ ਹੈ ਔਰ ਪਾਈਪ ਲਾਈਨ ਤੇਲ ਦੀ ਪਾਈਪ ਲਾਈਨ ਦਾ ਕੰਮ ਵੀ ਹੋ ਰਿਹਾ ਹੈ ਔਰ ਇਨਸ਼ਾਅੱਲਾ ਤੁਸਾਂ ਲੋਕਾਂ ਦੇ ਸਬਰ ਦਾ ਜਿਹੜਾ ਹੈ ਉਹ ਖਤਮ ਹੋ ਗਏ ਔਰ ਅੱਲਾ ਕਿਸੀ ਕਿ ਬਹੁਤ ਜਲਦ ਅਗਰ ਕੋਈ ਕਮੀ ਬੇਸ਼ੀ ਰਹਿ ਗਈ ਹੈ
कोई ऐसी चीजें यूनिवर्सिटी ना दे जाके इंशाल्लाह साड़ी आइंदा आने वाली नस्ल उन चीजों को